ਹਰ ਇੱਕ ਨਾਕੇ ਤੇ ਪੁਲਿਸ ਤੈਨਾਤ ਹੈ, ਨਾਕਾਬੰਦੀ ਕੀਤੀ ਜਾਂਦੀ ਹੈ। ਪਰ ਇਹ ਦੇਖੋ ਰੋਂਗ ਸਾਈਡ ਤੋਂ ਆ ਰਹੇ, ਤੁਸੀਂ ਇੱਦਾਂ ਰੋਂਗ ਸਾਈਡ ਤੋਂ ਆ ਰਹੇ, ਤੁਸੀਂ ਐਕਸੀਡੈਂਟ ਦਾ ਕਾਰਨ ਬਣਦੇ ਹੋ, ਆਪਣੇ ਆਪ ਨੂੰ ਸਮਝ ਨਹੀਂ ਆਉਂਦੀ ਕਿ ਕਿਵੇਂ ਅਸੀਂ ਚੱਲਣਾ ਰਸਤਿਆਂ 'ਚ। ਦੂਰੀ ਗਲਤੀ ਹੋਈ, ਦੂਰੀ ਗਲਤੀ ਹੋਈ। ਮੈਡਮ ਰੋਂਗ ਸਾਈਡ ਤੋਂ ਆ ਰਹੇ? ਨਹੀਂ ਸਰ, ਮੈਂ ਪੈਟਰੋਲ ਪਵਾਉਣਾ, ਬਸ 2 ਮਿੰਟ। ਤੁਹਾਡਾ ਅੱਗੋਂ ਵੀ ਘੁੰਮ ਕੇ ਆ ਜਾਂਦੇ, ਕੋਈ ਚੱਕਰ ਨਹੀਂ, ਦੇਖ ਲਓ ਚੈੱਕ, ਬੋਟਲ 'ਚ ਲੈ ਲੈਂਦੇ, ਕੁਝ ਕਰਦੇ ਹੈ ਨਹੀਂ ਬੋਟਲ, ਕਿਸੇ ਨਾਲ ਕਿਉਂ ਨਹੀਂ? ਠੀਕ ਹੈ, ਮੈਂ ਨੈਕਸਟ ਟਾਈਮ। ਕਾਗਜ਼ ਨਹੀਂ ਪੂਰੇ ਸੀਗੇ? ਕੀ ਨਹੀਂ ਸੀਗਾ? ਨਹੀਂ, ਕਾਗਜ਼ ਪੂਰੇ ਸੀ ਭਾਜੀ, ਉਹ ਬੈਲਟ ਨਹੀਂ ਲਾਈ। ਕਾਰਨ ਕੀ ਮੰਨਦੇ, ਬੈਲਟ ਨਹੀਂ ਲਾਈ ਤੇ ਕੋਈ ਆਲਸ ਸੀਗਾ? ਉਹ ਨਹੀਂ ਕੋਈ, ਉਹ ਨਹੀਂ ਕੋਈ। ਹੈਲਮਟ ਕਿਉਂ ਨਹੀਂ ਪਾਇਆ? ਹੈਲਮਟ ਮੇਰਾ ਲੈਣੀ ਕਰੋ, ਨਹੀਂ ਹੈਗਾ ਸੀ ਹੈਲਮਟ। ਕਿੱਥੇ ਗਿਆ ਫਿਰ? ਉਹਦਾ ਕੰਮ ਗਈ, ਟਾਈਮ ਲੱਗਣ, ਮੈਂ ਰੁਪਈ ਸਮਾਨ ਲੈਣ ਗਿਆ ਇੱਥੇ ਲੱਗ ਗਈ ਬਸ। ਹੈਲਮਟ ਅੱਜ ਕੱਲ੍ਹ ਮੁੰਡਿਆਂ ਨੂੰ ਪਾਉਣਾ ਔਖਾ ਲੱਗਦਾ, ਕਿਉਂਕਿ ਸ਼ੌਂਕ ਕਹਿੰਦੇ ਹੈਗਾ ਕਿ ਵਾਲ ਨਾ ਖਰਾਬ ਹੋਣ। ਸਰ ਚਲਾਨ ਕਰ ਰਹੇ ਹੋ? ਹਾਂਜੀ ਹਾਂਜੀ। ਕਿੰਨਾ ਦਾ ਕਰ ਰਹੇ ਹੋ? ਇਹ ਬਿਨਾ ਹੈਲਮਟ ਦਾ ਜੀ। ਹੁਣ ਫੋਨ ਤੇ ਗੱਲ ਕਰਾ ਰਹੇ ਨੇ? ਨਹੀਂ, ਗੱਲ ਜਿਹਦੇ ਮਰਜ਼ੀ ਕਰਵਾਉਂਦੀ, ਜਿਹੜੀ ਗਲਤੀ ਹੈ ਗਲਤੀ ਗਲਤੀ ਹੈ। ਰੋਂਗ ਸਾਈਡ ਤੇ ਇਸ ਕਰਕੇ ਆ ਰਹੇ ਹਾਂ ਬ੍ਰਦਰ, ਬਿਲਕੁਲ ਗੇਟ ਤੋਂ ਜਿਹੜਾ ਬਾਹਰ ਨਿਕਲੇਗਾ ਉਹ ਸ਼ਾਰਟਕਟ ਮਾਰਨ ਦੀ ਕੋਸ਼ਿਸ਼ ਕਰੇਗਾ, ਤੁਸੀਂ ਵੀ ਮਾਰੋ। ਜ਼ਿੰਮੇਵਾਰ ਆ ਲੋਕਾਂ ਦੇ ਨਾਲ, ਬਿਲਕੁਲ ਜਾਇਜ਼ ਹੈ ਇਸ ਗੱਲੋਂ, ਤੇ ਗਲਤੀ ਹੈ ਮੇਰੀ, ਫਿਰ ਆਪਾਂ ਯੂਟਰਨ ਲੈ ਕੇ ਕਰ ਦਿਓ ਅੱਗੇ ਤੋਂ, ਇਦਾਂ ਨਹੀਂ ਕਰੋਗੇ? ਮੈਂ ਤੁਹਾਡੇ ਨਾਲ ਵੀ ਵਾਅਦਾ ਕਰਦਾ, ਇਹਨਾਂ ਨਾਲ ਵੀ ਵਾਅਦਾ ਕਰਦਾ ਜੀ। ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਅਲਫਾ 1 ਮਾਲ ਦੇ ਬਿਲਕੁਲ ਬਾਹਰ ਆ, ਉਹ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ, ਉਸਨੂੰ ਕੰਟਰੋਲ ਕਰਨ ਵਾਸਤੇ ਹਰ ਇੱਕ ਨਾਕੇ 'ਤੇ ਪੁਲਿਸ ਤੈਨਾਤ ਹੈ, ਨਾਕਾਬੰਦੀ ਕੀਤੀ ਜਾਂਦੀ ਹੈ। ਪਰ ਫਿਰ ਵੀ ਕਈ ਲੋਕ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਉਹ ਨਿਭਾਉਂਦੇ ਨੇ। ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਅਤੇ ਵਾਹਨ ਜਿਹੜੇ ਨੇ ਤੇਜ਼ੀ ਨਾਲ ਸ਼ਹਿਰ ਦੇ ਵਿੱਚੋਂ ਲੰਘ ਰਹੇ ਆ, ਜਾਂ ਕਿਸੇ ਨੇ ਸੀਟ ਬੈਲਟ ਨਹੀਂ ਲਾਈ ਹੋਈ ਆ, 2 ਪਹੀਆ ਵਾਹਨ ਨੇ ਹੈਲਮਟ ਨਹੀਂ ਪਾਇਆ। ਇਹ ਦੇਖੋ ਰੋਂਗ ਸਾਈਡ ਤੋਂ ਆ ਰਹੇ, ਤੁਸੀਂ ਇੱਦਾਂ ਰੋਂਗ ਸਾਈਡ ਤੋਂ ਆ ਰਹੇ, ਤੁਸੀਂ ਐਕਸੀਡੈਂਟ ਦਾ ਕਾਰਨ ਬਣਦੇ ਹੋ, ਆਪਣੇ ਆਪ ਨੂੰ ਸਮਝ ਨਹੀਂ ਆਉਂਦੀ ਕਿ ਕਿਵੇਂ ਅਸੀਂ ਚੱਲਣਾ ਰਸਤਿਆਂ 'ਚ। ਪੁਲਿਸ ਸੇਵਾ ਕਰ ਰਹੀ ਭਾਈ, ਸੋਰੀ ਗਲਤੀ ਹੋਈ, ਅਤੇ ਐਕਸੀਡੈਂਟ ਤੁਹਾਡੇ ਕਰਕੇ ਹੁੰਦੇ ਅੰਮ੍ਰਿਤਸਰ। ਸੋ ਇਹ ਤਸਵੀਰਾਂ ਜਿਹੜੀਆਂ ਅੰਮ੍ਰਿਤਸਰ ਦੀਆਂ ਨੇ, ਜਿੱਥੇ ਪੁਲਿਸ ਤੇ ਆਪਣਾ ਕੰਮ ਕਰ ਰਹੀ ਹੈ, ਪਰ ਆਮ ਨਾਗਰਿਕ ਆਪਣਾ ਕੰਮ ਕਦੋਂ ਕਰਨਗੇ? ਕਿਉਂਕਿ ਰੋਂਗ ਸਾਈਡ ਤੋਂ ਵੀ ਰਿਕਸ਼ਾ ਆ ਜਾਣਾ ਇੱਕੋਦਮ, ਅਤੇ ਅਗਲਾ ਜਿਹੜਾ ਵਾਹਨ ਹੈ ਟਕਰਾ ਜਾਂਦਾ। ਧੁੰਦ ਦੇ ਕਰਕੇ ਵੀ ਹੁਣ ਚੈਕਿੰਗ ਸ਼ੁਰੂ ਹੋਈ ਹੈ, ਤਾਂ ਜੋ ਲੋਕਾਂ ਨੂੰ ਰੋਕਿਆ ਜਾ ਸਕੇ, ਦੱਸਿਆ ਜਾ ਸਕੇ ਕਿ ਕਿਵੇਂ ਆਪਣੇ ਵਾਹਨ ਨੂੰ ਕੰਟਰੋਲ ਕਰਨਾ। ਅਤੇ ਇਹ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੇ ਕਰ ਰਹੇ ਹਾਂ, ਜਿੱਥੇ 2 ਪਹੀਆ ਵਾਹਨ ਹੈ ਜੋ ਅੰਮ੍ਰਿਤਸਰ ਤੋਂ ਬਾਹਰ ਵੱਲ ਨੂੰ ਵੱਧਦੇ ਹੋਏ, ਔਰ ਕਈ ਜਿਹੜੇ ਨੇ ਸੀਟ ਬੈਲਟ ਨਹੀਂ ਲਾਉਂਦੇ, ਜਾਂ ਆਟੋ ਰਿਕਸ਼ਾ ਵਾਲੇ ਰੂਲਸ ਫੋਲੋ ਨਹੀਂ ਕਰਦੇ, ਜਿਨ੍ਹਾਂ ਕਰਕੇ ਐਕਸੀਡੈਂਟ ਦਾ ਕਾਰਨ ਬਣਦਾ। ਸੋ ਅੱਜ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਸੜਕੀ ਹਾਦਸੇ ਹੁੰਦੇ ਨੇ, ਜਿਸ ਕਰਕੇ ਕਈ ਜਾਨ ਤੋਂ ਚਲੇ ਜਾਂਦੇ ਨੇ। ਸੋ ਸਰ ਕਾਗਜ਼ ਨਹੀਂ ਪੂਰੇ ਸੀਗੇ? ਕੀ ਨਹੀਂ ਸੀਗਾ? ਨਹੀਂ, ਕਾਗਜ਼ ਪੂਰੇ ਸੀ ਭਾਜੀ, ਉਹ ਬੈਲਟ ਨਹੀਂ ਚਲਾਈ। ਕਾਰਨ ਕੀ ਮੰਨਦੇ, ਬੈਲਟ ਨਹੀਂ ਲਾਈ ਤੇ ਕੋਈ ਆਲਸ ਸੀਗਾ? ਉਹ ਨਹੀਂ ਕੋਈ। ਸੋ ਇਹ ਆਪਣੀਆਂ ਅਣਗਹਿਲੀਆਂ ਛੋਟੀਆਂ ਮੋਟੀਆਂ, ਜਿਸ ਕਰਕੇ ਪੁਲਿਸ ਵੀ ਰੋਕਦੀ ਆ, ਪਰ ਫਿਰ ਵੀ ਨਹੀਂ ਮੰਨਿਆ ਜਾਂਦਾ। ਹੈਲਮਟ ਕਿਉਂ ਨਹੀਂ ਪਾਇਆ? ਹੈਲਮਟ ਮੇਰਾ ਲੈਣੀ ਕਰੋ, ਨਹੀਂ ਹੈਗਾ ਸੀ ਹੈਲਮਟ। ਕਿੱਥੇ ਗਿਆ ਫਿਰ? ਉਹਦਾ ਕੰਮ ਗਈ, ਟਾਈਮ ਲੱਗਾ। ਐਕਸੀਡੈਂਟ ਹੋਵੇ ਜਾਂ ਡਿੱਗੇ ਬੰਦਾ, ਤੇ ਸਿਰ ਨੂੰ ਸੱਟ ਲੱਗੇਗੀ, ਨੁਕਸਾਨ ਵਿੱਚ ਭਾਈ ਲੇਟ ਹੋ ਗਏ ਗਾੜੀ ਗਾੜੀ ਵਿੱਚ, ਅੱਗੇ ਧਿਆਨ ਰੱਖਾਂਗੇ। ਇਹ ਹੈ ਕਿ ਹੈਲਮਟ ਅੱਜ ਕੱਲ੍ਹ ਮੁੰਡਿਆਂ ਨੂੰ ਪਾਉਣਾ ਔਖਾ ਲੱਗਦਾ, ਕਿਉਂਕਿ ਸ਼ੌਂਕ ਕਹਿੰਦੇ ਹੈਗਾ ਕਿ ਵਾਲ ਨਾ ਖਰਾਬ ਹੋਣ, ਪਰ ਜ਼ਿੰਦਗੀ ਬਚਾਉਣ ਲਈ ਜਿਹੜੇ ਰੂਲਸ ਨੇ ਉਹ ਫੋਲੋ ਜ਼ਰੂਰ ਕਰਨੇ ਚਾਹੀਦੇ ਨੇ। ਸੋ ਜਿੱਧਰ ਅਸੀਂ ਇਹ ਤਸਵੀਰਾਂ ਵੀ ਸਾਂਝੇ ਕਰ ਰਹੇ ਹਾਂ, ਉਹ ਨਾਲ ਦੀ ਨਾਲ ਇਹ ਜਿਹੜੀ ਪੁਲਿਸ ਨਾਕੇ 'ਤੇ ਡਿਊਟੀ ਕਰ ਰਹੀ ਹੈ। ਸਰ ਜਦੋਂ ਡਿਊਟੀ ਕਰਦੇ ਹੋ ਮੌਕੇ 'ਤੇ, ਤਕਲੀਫ ਕਿਸ ਚੀਜ਼ ਦੀ ਆਉਂਦੀ ਹੈ? ਲੋਕ ਜਦੋਂ ਸੁਣਦੇ ਨਹੀਂ ਹੈ ਜਾਂ ਨਾਲ ਹੀ, ਅੱਜ ਕੱਲ੍ਹ ਫੋਨ ਕਰਾ ਦਿੰਦੇ ਨੇ? ਸਰ ਜਿਹੜੇ ਨਹੀਂ ਸੁਣਦੇ ਜੀ, ਸਾਡੇ ਆਪਣਾ ਜੀਓ ਸਾਹਿਬ ਨਾਲ ਨੇ, NGO ਸਾਹਿਬ, ਉਹਨਾਂ ਨੂੰ ਦੱਸ ਦਈਦਾ ਵਾ ਵੀ ਇਹਨਾਂ ਦਾ ਜੀ ਚਲਾਨ ਭਰੋ, ਇਹ ਗਲਤੀ ਦਾ ਚਲਾਨ ਹੈ। ਜਿੱਦਾਂ ਕੋਈ ਰੋਂਗ ਸਾਈਡ ਆ ਗਿਆ,
ਸੀਟ ਬੈਲਟ ਜਾਂ ਹੈਲਮਟ ਦੀ ਚਲਾਨ ਹੋ ਰਹੇ ਸਰ। ਇਹ ਇੱਕ ਹੋਰ ਆਫਿਸਰ ਨੇ ਰੋਕਿਆ ਕਿ ਹੈਲਮਟ ਨਹੀਂ ਪਾਇਆ ਹੋਇਆ। ਮੈਂ ਹੈਲਮਟ ਕਿਉਂ ਨਹੀਂ ਪਾਇਆ? ਸਭ ਤੋਂ ਪਹਿਲੇ ਬੇਸਿਕ ਕਾਗਜ਼ਬਾਤ ਦੀ ਗੱਲ ਹੈ। ਮੈਂ ਭਾਈ ਸਮਾਨ ਲੈਣ ਗਿਆ ਇੱਥੇ ਲੱਗੇ ਬਸ। ਸਰ ਹੋਰ ਕਿਵੇਂ ਦੇ ਕੇਸ ਇਹੋ ਜਿਹੇ ਰੋਜ਼ ਆਉਂਦੇ ਨੇ ਜਿਸ ਤਰ੍ਹਾਂ ਤੁਸੀਂ ਰੋਕ? ਆਪਾਂ ਜਿਹੜੇ ਹੁੰਦੇ ਆ ਸਰ ਆਪਾਂ ਚਲਾਨ ਕਰਦੇ ਜੀ ਉਹਨਾਂ ਦੇ। ਜਿਹੜਾ ਕੋਈ ਕੇਸ ਇਹੋ ਜਿਹੇ ਨੇ ਜਿਹੜੇ ਹੈਲਮਟ ਪਾਉਂਦੇ ਨੇ? ਬਿਲਕੁਲ 10-15 ਆਈ ਜਾਂਦੇ ਸਾਡੇ ਕੋਲ। ਸੁਣਦੇ ਫਿਰ ਵੀ ਨਹੀਂ, ਕਾਰਨ ਕੀ ਮੰਨਦੇ ਨੇ ਹੈਲਮਟ ਨਾ ਪਾਉਣ ਦਾ, ਜਦਕਿ ਹੈਲਮਟ ਸੇਫਟੀ ਆ? ਰੋਜ਼ ਆਪਾਂ ਚਲਾਨ ਕਰਦੇ ਹਾਂ ਸਰ, ਇਹ ਤੇ ਪਬਲਿਕ ਦਾ, ਆਪਾਂ ਤੇ ਰੋਜ਼ ਚਲਾਨ ਕਰਦੇ, ਰੋਜ਼ ਕਰਦੇ ਪਬਲਿਕ ਨੂੰ ਅਵੇਅਰ ਕਰਦੇ ਆ ਵੀ ਹੈਲਮਟ ਪਾਓ, ਤੁਹਾਡੀ ਸੇਫਟੀ ਇਹਦੇ ਵਿੱਚ। ਸੋ ਮੁਲਾਜ਼ਮ ਜਿਹੜੇ ਨੇ ਉਹ ਹੈਲਮਟ ਪਾਉਣ ਲਈ ਤਾਂ ਕਹਿੰਦੇ ਨੇ, ਆ ਰੋਂਗ ਸਾਈਡ ਤੋਂ ਮੈਡਮ ਆ ਰਹੇ ਨੇ। ਮੈਡਮ ਰੋਂਗ ਸਾਈਡ ਤੋਂ ਆ ਰਹੇ ਹੋ? ਨਹੀਂ ਸਰ, ਮੈਂ ਪੈਟਰੋਲ ਪਾਉਣਾ, ਬਸ 2 ਮਿੰਟ। ਥੋੜਾ ਅੱਗੋਂ ਵੀ ਘੁੰਮ ਕੇ ਆ ਜਾਂਦੇ ਕੋਈ ਚੱਕਰ ਨਹੀਂ? ਦੇਖ ਲਓ ਚੈੱਕ, ਬੋਟਲ 'ਚ ਲੈ ਲੈਂਦੇ ਕੁਛ ਕਰਦੇ? ਹੈ ਨਹੀਂ ਬੋਟਲ ਸਰ ਕਿਸੇ ਨਾਲ, ਕਿਉਂਕਿ ਇੱਕੋਦਮ ਜਦੋਂ ਫਾਸਟ ਆਉਂਦੇ ਨੇ ਸਾਰੇ ਤੇ। ਓਕੇ ਸੋਰੀ। ਇਹ ਜਿਹੜੇ ਰੋਂਗ ਸਾਈਡ ਦੇ ਵਾਹਨ ਆ ਰਹੇ ਆ, ਮੈਮ ਨੇ ਹੈਲਮਟ ਵੀ ਨਹੀਂ ਪਾਇਆ ਹੋਇਆ ਸੀ, ਇੱਧਰ ਹੋਰ ਮਿਸਟਰ ਆ ਰਹੇ ਨੇ, ਸਰ ਹੈਲਮਟ ਵੀ ਨਹੀਂ ਪਾਇਆ ਤੁਸੀਂ ਤੇ ਰੋਂਗ ਸਾਈਡ ਤੋਂ ਆ ਰਹੇ ਨੇ? ਰੋਂਗ ਸਾਈਡ ਤੇ ਇਸ ਕਰਕੇ ਆ ਰਹੇ ਆ ਬ੍ਰਦਰ ਕਿ ਬਿਲਕੁਲ ਗੇਟ ਤੋਂ ਜਿਹੜਾ ਬਾਹਰ ਨਿਕਲੇਗਾ ਉਹ ਸ਼ਾਰਟਕਟ ਮਾਰਨ ਦੀ ਕੋਸ਼ਿਸ਼ ਕਰੇਗਾ, ਤੁਸੀਂ ਵੀ ਮਾਰੋ। ਕਿਸੇ ਦੀ ਜਾਨ ਤੇ ਸਜਾ ਸਕਦੇ ਭਾਈ? ਜਾਨ ਮੇਰੀ, ਮੈਂ ਨਹੀਂ ਮਾਰਦਾ, ਮੇਰੀ ਨੂੰ ਵੀ ਖਤਰਾ ਹੋਊਗਾ ਸਰ, ਮੈਂ ਜ਼ਿੰਮੇਵਾਰ ਆ ਲੋਕਾਂ ਦੇ। ਗੱਲ ਬਿਲਕੁਲ ਜਾਇਜ਼ ਹੈ ਇਸ ਗੱਲੋਂ, ਇਹ ਗਲਤੀ ਹੈ ਮੇਰੀ। ਫਿਰ ਆਪਾਂ ਯੂਟਰਨ ਲੈ ਕੇ ਕਰ ਦਿਓ ਅੱਗੇ ਤੋਂ, ਇਦਾਂ ਨਹੀਂ ਕਰੋਗੇ? ਮੈਂ ਤੁਹਾਡੇ ਨਾਲ ਵੀ ਵਾਅਦਾ ਕਰਦਾ, ਇਹਨਾਂ ਨਾਲ ਵੀ ਵਾਅਦਾ ਕਰਦਾ ਜੀ। ਸੋ ਮੁਲਾਜ਼ਮ ਵੀ ਹੱਸੇ ਨੇ, ਸਰ ਵਾਅਦਾ ਕਰਕੇ ਗਏ? ਬਿਲਕੁਲ ਜੀ, ਬਿਲਕੁਲ ਵਾਅਦਾ ਕੀਤਾ ਜੀ। ਸੋ ਇਹ ਅੰਮ੍ਰਿਤਸਰ ਦੇ ਹਾਲਾਤ ਤੁਹਾਨੂੰ ਸਾਂਝੇ ਕੀਤੇ ਨੇ, ਜਿੱਥੇ ਲੋਕ ਜਿਹੜਾ ਵਾਹਨਾਂ ਦੇ ਉੱਤੇ ਸਵਾਰ ਤੇ ਹੋ ਜਾਂਦੇ ਨੇ ਪਰ ਕਈ ਵਾਰ ਰੂਲ ਫੋਲੋ ਨਹੀਂ ਕਰਦੇ, ਸਿਆਣੇ ਪਿਆਣੇ ਹੋ ਕੇ, ਅੰਕਲ ਤੁਸੀਂ ਹੈਲਮਟ ਨਹੀਂ ਪਾਇਆ ਹੋਇਆ ਪਰ ਤੁਹਾਨੂੰ ਰੋਕ ਰਹੇ ਨੇ, ਕਾਗਜ਼ ਚਲੋ ਪੂਰੇ ਹੋਣਗੇ, ਹੈਲਮਟ ਤੇ ਇੱਕ ਮੁੱਢਲੀ ਜਿਹੜੀ ਕਹਿ ਦਈਏ ਕਿ ਸਿਹਤ ਵਾਸਤੇ ਠੀਕ, ਸੇਫਟੀ ਵਾਸਤੇ ਆਏ। ਕੀ ਕਾਰਨ ਮੰਨਦੇ ਹੋ? ਨਹੀਂ ਠੀਕ ਹੈ, ਮੈਂ ਨੈਕਸਟ। ਇਹ ਜਿਹੜੀ ਕੋਸ਼ਿਸ਼ ਹੈ ਸਾਡੀ ਕਿ ਲੋਕ ਰੂਲਸ ਫੋਲੋ ਕਰਨ। ਸੋ ਸਰ ਚਲਾਨ ਕਰ ਰਹੇ ਹੋ? ਹਾਂਜੀ ਹਾਂਜੀ। ਕਿੰਨਾ ਦਾ ਕਰ ਰਹੇ ਹੋ? ਬਿਨਾਂ ਹੈਲਮਟ ਦਾ ਜੀ। ਹੁਣ ਫੋਨ ਤੇ ਗੱਲ ਕਰਾ ਰਹੇ ਨੇ ਕਿਤੇ? ਨਹੀਂ, ਗੱਲ ਕੋਈ ਜਿਹਦੀ ਮਰਜ਼ੀ ਕਰਵਾਉਂਦੀ, ਜਿਹੜੀ ਗਲਤੀ ਹੈ ਗਲਤੀ ਗਲਤੀ ਆ। ਕਿਸ ਕਿਸ ਚੀਜ਼ ਦਾ ਚਲਾਨ ਕਰ ਰਹੇ ਹੁਣ? ਵਿਦਆਊਟ ਹੈਲਮਟ ਜੀ। ਵਿਦਆਊਟ ਹੈਲਮਟ ਦਾ ਚਲਾਨ ਜਿਹੜਾ ਹੁਣ ਕੀਤਾ ਜਾ ਰਿਹਾ, ਔਰ ਇਹ ਹੈ ਕਿ ਹੁਣ ਇਸ ਤਰ੍ਹਾਂ ਜੇ ਅਸੀਂ ਗੱਲ ਕਰਦੇ ਹਾਂ, ਅੱਜ ਕੱਲ੍ਹ ਜ਼ਮਾਨਾ ਬਹੁਤ ਅੱਗੇ ਨਿਕਲ ਗਿਆ ਪਰ ਕਈ ਰੂਲਸ ਐਸੇ ਨੇ ਜਿਹੜੇ ਸਾਨੂੰ ਫੋਲੋ ਕਰਨੇ ਪੈਂਦੇ ਆ, ਕਿਉਂਕਿ ਇਸ ਨਾਲ ਸਾਡਾ ਭਲਾ, ਦੂਸਰੇ ਬੰਦੇ ਦਾ ਵੀ ਭਲਾ। ਹੈਲਮਟ ਪਾਉਣ ਵਾਸਤੇ ਆਲਸ ਕਰ ਜਾਂਦੇ ਨੇ ਲੋਕ, ਪਰ ਪੁਲਿਸ ਆਪਣੇ ਮੌਕੇ 'ਤੇ ਜਿਹੜੇ ਆ ਚਲਾਨ ਕਰਦੀ ਹੋਈ ਨਜ਼ਰ ਆ ਰਹੀ ਆ। ਤਸਵੀਰਾਂ ਅੰਮ੍ਰਿਤਸਰ ਦੀਆਂ ਸਾਂਝੇ ਕੀਤੀਆਂ, ਜਿੱਥੇ ਕਿ ਆਮ ਲੋਕਾਂ 'ਚ ਜਾਗਰੂਕਤਾ ਲਿਆਈ ਜਾਵੇ ਕਿ ਰੂਲਸ ਫੋਲੋ ਕਰਨੇ ਆ ਤਾਂ ਜੋ ਆਉਣ ਵਾਲੇ ਸਮੇਂ 'ਚ ਕਿਸੇ ਨੂੰ ਸੜਕੀ ਹਾਦਸੇ ਦਾ ਸ਼ਿਕਾਰ ਨਾ ਹੋਣਾ ਪਵੇ। ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਸਿੰਘ, ਡੇਲੀ ਪੋਸਟ, ਅੰਮ੍ਰਿਤਸਰ।